ਹੈਲੋ ਦੋਸਤੋ, ਕੀ ਹਾਲ ਚਾਲ? ਸਵਾਗਤ ਆ ਤੁਹਾਡਾ ਸਾਰਿਆਂ ਦਾ ਸਾਡੀ ਇੱਕ ਹੋਰ ਨਵੀਂ ਵੀਡੀਓ 'ਚ। ਤਾਂ ਅੱਜ ਆਪਾਂ ਆਏ ਹਾਂ ਜਲੰਧਰ ਕਾਰਸ, ਜੋ ਕਿ ਹੈ ਜਲੰਧਰ ਸਿਟੀ 'ਚ। ਤੁਹਾਡੇ ਲਈ ਕਾਫੀ ਸਾਰੀ ਨਵੀਆਂ ਕਾਰਾਂ ਦਾ ਸਟੋਕ ਲੈ ਕੇ ਆਏ ਹਾਂ। ਮਹਿੰਦਰਾ ਥਾਰ ਹੈ, ਕੀ ਆ ਸੈਲਟੋਸ ਹੈ, ਗ੍ਰੈਂਡ ਵਿਟਾਰਾ ਹੈ, ਅਤੇ ਅੱਜ ਸਾਡੇ ਨਾਲ ਨੇ ਸੁਨੀਲ ਭਾਅ ਜੀ ਜਲੰਧਰ ਕਾਰਸ ਤੋਂ। ਸੁਨੀਲ ਭਾਅ ਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਦਾ ਜੀ, ਸਾਰੇ ਵਿਊਵਰਸ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਪੋਰਟ ਕਰਨ ਲਈ। ਅਤੇ ਅੱਜ ਆਪਾਂ ਆਪਣੇ ਵੀਰਾਂ ਵਾਸਤੇ ਲੈ ਕੇ ਆਏ ਜੀ, ਟ੍ਰੈਫਿਕ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ, ਬਹੁਤ ਹੋ ਗਿਆ ਸ਼ਹਿਰਾਂ ਦੇ ਵਿੱਚ। ਉਹਦੇ ਵਾਸਤੇ ਆਪਾਂ ਲੈ ਕੇ ਆਏ ਜੀ ਕੀਆ ਸੈਲਟੋਸ ਆਟੋਮੈਟਿਕ। ਆਟੋਮੈਟਿਕ ਕੀਆ ਸੈਲਟੋਸ? ਹਾਂਜੀ ਭਾਜੀ, ਕਾਰ ਵਧੀ ਵਧੀਆ ਲਿਖ ਰਹੀ ਦੇਖਣ ਨੂੰ। ਇਹ 2023 ਮਾਡਲ ਹੈ ਜੀ, 2023 ਮਾਡਲ ਕਾਰ ਹੈ ਜੀ। ਇਹ 9500 ਕਿਲੋਮੀਟਰ ਚੱਲੀ ਹੈ ਜੀ। 9500 ਕਿਲੋਮੀਟਰ ਚੱਲੀ ਹੈ? ਹਾਂਜੀ, 2023 ਮਾਡਲ ਹੈ। 23 ਮਾਡਲ, ਬਿਲਕੁਲ ਨਵੀਂ ਕਾਰ ਹੈ ਜੀ। ਤੇ ਭਾਜੀ, ਇੱਕ ਵੇਰੀਐਂਟ ਕਿਹੜਾ ਹੈ? GTX ਲਾਈਨ ਹੈ? ਇਹ GT ਲਾਈਨ ਹੈ ਜੀ। ਤੁਸੀਂ ਇੱਕ ਵਾਰ ਇੰਟੀਰੀਅਰ ਦੇਖ ਸਕਦੇ ਹੋ ਦੋਸਤੋ, GT ਲਾਈਨ ਮਾਡਲ ਹੈ, 9500 ਕਿਲੋਮੀਟਰ ਚੱਲੀ ਹੈ। ਬਲੈਕ ਲੋਡਡ ਕਾਰ ਹੈ ਜੀ, ਵੈਂਟੀਲੇਟਡ ਸੀਟਾਂ ਵਾ, ਵੈਂਟੀਲੇਸ਼ਨ ਸੀਟਸ ਆਉਂਦੀਆਂ ਹੈ ਕਾਰ 'ਚ। ਪਿੱਛੋਂ ਤੁਸੀਂ ਦੇਖ ਸਕਦੇ ਹੋ ਜਲੰਧਰ ਦਾ ਲੋਕਲ ਰਜਿਸਟ੍ਰੇਸ਼ਨ ਹੈ। ਅਤੇ ਭਾਅ ਜੀ, ਪ੍ਰਾਈਸ ਕੀ ਰਹਿਣ ਵਾਲਾ ਜੀ ਕਾਰ ਦਾ? ਇਹ ਬ੍ਰਦਰ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ ਜੀ, ਉੱਦਾਂ ਤਾਂ 18.5 ਲੱਖ ਦੀ ਡਿਮਾਂਡ ਹੈ। ਓਕੇ, ਬਾਕੀ ਜੋ ਨੈਗੋਸ਼ੀਏਸ਼ਨ ਹੋਏਗਾ ਜੀ ਮੌਕੇ 'ਤੇ, ਆਪਾਂ ਜੋ ਰਾਇਤ ਹੋ ਸਕਦੀ ਹੈ ਆਪਣੇ ਵੀਰਾਂ 'ਤੇ ਆਪਾਂ ਕਰ ਦਾਂਗੇ, ਕਰਵਾ ਦਾਂਗੇ। ਨੈਕਸਟ ਕਾਰ ਗ੍ਰੈਂਡ ਵਿਟਾਰਾ, ਜੋ ਕਿ ਮਾਰੂਤੀ ਦੀ ਸਭ ਤੋਂ ਡਿਮਾਂਡਿੰਗ ਕਾਰ ਹੈ, ਵਧੀਆ SUV ਕਾਰ ਹੈ। ਹਾਂਜੀ, ਦੱਸੋ ਭਾਜੀ, 23 ਮਾਡਲ ਹੈ ਜੀ, 2023 ਮਾਡਲ ਕਾਰ ਹੈ ਮਾਰੂਤੀ ਵਾਲਿਆਂ ਦੀ। ਕਿੰਨੇ ਕਿਲੋਮੀਟਰ ਡਰਾਈਵਨ ਗਿਆ ਭਾਜੀ? 6500 ਕਿਲੋਮੀਟਰ ਚੱਲੀ ਹੈ ਜੀ ਓਨਲੀ, 6500 ਕਿਲੋਮੀਟਰ ਚੱਲੀ ਕਾਰ ਹੈ। ਹਾਂਜੀ, ਓਕੇ। ਔਰ ਇਹਦਾ ਪ੍ਰਾਈਸ ਕੀ ਰਹਿਣ ਵਾਲਾ ਹੈ? ਇਹ ਸਰ 12.5 ਦੀ ਡਿਮਾਂਡ ਹੈ, 12.5 ਲੱਖ ਦੀ ਡਿਮਾਂਡ ਹੈ। ਹਾਂਜੀ ਸਰ, 2023 ਮਾਡਲ ਹੈ, ਪੈਟਰੋਲ SX ਆਪਸ਼ਨਲ ਹੈ ਵਿਦ ਸਨਰੂਫ। 2023 ਮਾਡਲ ਪੈਟਰੋਲ SX ਆਪਸ਼ਨਲ ਕਾਰ ਹੈ ਵਿਦ ਸਨਰੂਫ ਹੈ। ਭਾਜੀ, ਮੈਨੂਅਲ ਟਰਾਂਸਮਿਸ਼ਨ ਹੈ, ਆਟੋਮੈਟਿਕ ਹੈ? ਮੈਨੂਅਲ ਹੈ ਜੀ, ਮੈਨੂਅਲ ਟਰਾਂਸਮਿਸ਼ਨ ਕਾਰ ਹੈ। ਤੁਸੀਂ ਪਰ ਕਾਰ ਦੀ ਕੰਡੀਸ਼ਨ ਦੇਖ ਸਕਦੇ ਹੋ, ਬਿਲਕੁਲ ਨਵੀਂ ਕਾਰ ਹੈ ਜੀ। ਕਪੂਰਥਲਾ ਦਾ ਰਜਿਸਟ੍ਰੇਸ਼ਨ ਹੈ। ਕਿੰਨੇ ਕਿਲੋਮੀਟਰ ਡਰਾਈਵਨ ਕਾਰ ਹੈ ਜੀ? ਇਹ 39000 ਕਿਲੋਮੀਟਰ ਰਨਿੰਗ ਹੈ ਜੀ। 39000 ਡਰਾਈਵਨ ਹੈ, ਜੈਨੂਅਨ? ਹਾਂਜੀ ਜੈਨੂਅਨ। ਇਹਦਾ ਪ੍ਰਾਈਸ ਕੀ ਰਹਿਣ ਵਾਲਾ ਹੈ ਜੀ? ਇਹ ਆਪਾਂ ਆਪਣੇ ਵੀਰਾਂ ਨੂੰ 12.75 ਦੀ ਦੇ ਦਾਂਗੇ ਜੀ, 12.75 ਲੱਖ ਦੀ ਦੇ ਦਾਂਗੇ। ਲੋਨ ਹੋ ਜਾਏਗਾ ਕਰਦੇ ਭਾਜੀ? ਬਿਲਕੁਲ ਜੀ ਬਿਲਕੁਲ, ਲੋਨ ਦੀ ਫੈਸਿਲਿਟੀ ਹੈਗੀ ਹੈ ਜੀ। ਨੈਕਸਟ ਟੋਇਟਾ ਇਨੋਵਾ ਕ੍ਰਿਸਟਾ ਹੈਗੀ ਹੈ ਜੀ, ਟੋਇਟਾ ਇਨੋਵਾ ਕ੍ਰਿਸਟਾ 2016 ਮਾਡਲ, ਜ਼ੈਡ ਆਟੋਮੈਟਿਕ। ਜ਼ੈਡ ਆਟੋਮੈਟਿਕ 2.8 ਇਹਦਾ ਇੰਜਨ ਹੈ ਜੀ, ਮਤਲਬ ਕਾਫੀ ਪਾਵਰਫੁਲ ਇੰਜਨ ਰਹਿਣ ਵਾਲਾ ਹੈ। ਮੈਂ ਕਿਹਾ ਜੀ ਬਿਲਕੁਲ ਬਹੁਤ ਪਾਵਰਫੁਲ ਇੰਜਨ ਆ, ਆਟੋਮੈਟਿਕ 'ਚ ਪਤਾ ਹੈ ਬਹੁਤ ਵਧੀਆ ਚੱਲਦੀ ਹੈ ਗੱਡੀ ਜੀ। ਭਾਜੀ, ਪ੍ਰਾਈਸ ਕੀ ਰਹਿਣ ਵਾਲਾ ਕਾਰ ਦਾ? ਇਹ ਪ੍ਰਾਈਸ ਜੀ ਇਹਦਾ ਹੈਗਾ ਜੀ 16.90। 16.90 ਹਜ਼ਾਰ ਰੁਪਇਆ ਫਸਟ ਓਨਰ ਕਾਰ ਹੈ? ਫਸਟ ਓਨਰ। ਫਾਈਨੈਂਸ ਹੋ ਜਾਏਗਾ? ਹਾਂਜੀ ਹੋ ਜਾਏਗਾ। ਬਹੁਤ ਵਧੀਆ ਜੀ। ਨੈਕਸਟ, ਮਹਿੰਦਰਾ ਥਾਰ, ਸਭ ਦੀ ਪਸੰਦ। ਇਹ ਸਰ ਮਹਿੰਦਰਾ ਥਾਰ ਹੈ ਜੀ, 2022 ਮਾਡਲ। 2022 ਮਾਡਲ? ਹਾਂਜੀ, ਆਟੋਮੈਟਿਕ 'ਚ 4x4। 4x4 ਟੌਪ ਮਾਡਲ ਹੈ? ਟੌਪ ਮਾਡਲ। ਚੱਲੀ ਕਿੰਨੀ ਹੈ ਭਾਜੀ? ਇਹ ਚੱਲੀ ਹੈ ਜੀ 22000। 22000 ਰੁਪਏ। ਔਰ ਪ੍ਰਾਈਸ ਕੀ ਰਹਿਣ ਵਾਲਾ ਕਾਰ ਦਾ? ਇਹ ਪ੍ਰਾਈਸ ਇਹਦਾ ਹੈਗਾ ਜੀ 17.5 ਲੱਖ ਰੁਪਇਆ। 17.5 ਲੱਖ ਰੁਪਇਆ। ਨਿਊ ਕਾਰ ਨਾਲੋਂ ਕਾਫੀ ਜ਼ਿਆਦਾ ਸੇਵਿੰਗ ਹੋ ਰਹੀ ਹੈ। ਬਹੁਤ ਜ਼ਿਆਦਾ ਜੀ, ਬਿਲਕੁਲ ਦੇਖੋ ਨਾ, ਟਾਇਰ ਬਿਲਕੁਲ ਬ੍ਰਾਂਡ ਨਿਊ ਆ। ਤੁਸੀਂ ਦੇਖ ਸਕਦੇ ਹੋ ਟਾਇਰਸ ਦੀ ਕੰਡੀਸ਼ਨ ਦੇਖ ਲਓ, ਬਹੁਤ ਅੱਛੇ ਵੈਲ ਮੇਨਟੇਨ ਟਾਇਰਸ। ਨਾਲੇ ਤੁਸੀਂ ਜਾਣਦੇ ਕਿ ਰੋਹਿਤ ਭਾਜੀ ਕੋ ਥਾਰ ਦਾ ਕਿੰਨਾ ਸਾਰਾ ਸਟਾਕ ਹੁੰਦਾ, ਅੰਦਰ ਵੀ ਕਾਫੀ ਕਾਰਾਂ ਖੜੀਆਂ ਹੈ। ਸਰ ਆ ਜੀ 2021 ਮਾਡਲ ਫੋਰਚੂਨਰ ਆਟੋਮੈਟਿਕ ਲੈਜੈਂਡਰ ਮਾਡਲ, ਟੌਪ ਐਂਡ ਵੇਰੀਐਂਟ ਹੈ ਜੀ, ਜਲੰਧਰ ਦਾ ਨੰਬਰ ਲੱਗਾ ਜੀ ਇਹਨੂੰ। ਤੁਸੀਂ ਦੇਖ ਸਕਦੇ ਹੋ ਜਲੰਧਰ ਨੰਬਰ ਲੈਜੈਂਡਰ, ਜੋ ਕਿ ਸੇਲ ਤੇ ਬਹੁਤ ਘੱਟ ਮਿਲਦੀ ਹੈ ਮਾਰਕੀਟ 'ਚ। ਫੁੱਲੀ ਲੋਡਡ ਕਾਰ ਹੈ ਜੀ, ਫਰੰਟ ਕੈਮਰਾ, ਬੈਕ ਕੈਮਰਾ, ਸੈਂਸਰ ਸਕਰੀਨ ਲੱਗੀ ਹੈ ਜੀ, ਸਾਰਾ ਕੁਝ ਲੋਡਡ ਆ ਗੱਡੀ ਦੇ ਵਿੱਚ। ਤੇ ਭਾਜੀ, ਫਸਟ ਓਨਰ ਕਾਰ ਹੈ? ਫਸਟ ਓਨਰ ਕਾਰ ਹੈ ਜੀ। ਕੀ ਪ੍ਰਾਈਸ ਰਹਿਣ ਵਾਲਾ ਕਾਰ ਦਾ? ਇਹ ਸਰ ਡਿਮਾਂਡ ਇਹਦੀ ਹੈਗੀ ਜੀ 45 ਲੱਖ। 45 ਲੱਖ ਰੁਪਏ ਦੀ ਡਿਮਾਂਡ ਹੈ। 2021 ਮਾਡਲ, 2021 ਮਾਡਲ, ਲੈਜੈਂਡਰ ਮਾਡਲ, ਬਹੁਤ ਵਧੀਆ ਟੌਪ ਮਾਡਲ। ਚੱਲਦੇ ਹਾਂ ਨੈਕਸਟ ਤੇ, ਜੋ ਕਿ ਹੈ ਟੋਇਟਾ ਫੋਰਚੂਨਰ। ਇਹ 2017 ਮਾਡਲ ਹੈ ਜੀ, ਆਟੋਮੈਟਿਕ 4 ਬਾਏ
2 ਵਿਦ ਅਲੋਏ ਵੀਲਸ 22 ਇੰਚ 22 ਇੰਚੀ ਦੇ ਅਲੋਏ ਵੀਲ ਹੈ ਜੀ, ਬਿਲਕੁਲ ਬ੍ਰੈਂਡ ਨਿਊ ਟਾਇਰ ਹੈ, ਬ੍ਰੈਂਡ ਨਿਊ ਅਲੋਏ ਆ, ਅਲੋਏ ਵੀ ਬਿਲਕੁਲ ਓਰੀਜਨਲ ਹੈ ਜੀ ਟੋਇਟਾ ਦੇ। ਭਾਅ ਜੀ ਬਹੁਤ ਹੀ ਵਧੀਆ ਡਿਜ਼ਾਈਨ ਲੱਗ ਰਿਹਾ, ਜੋ ਲੈਂਡ ਕਰੂਜ਼ਰ ਨੂੰ ਅਲੋਏਸ ਆਉਂਦੇ ਤਾਂ ਸੇਮ ਉਹੀ ਕਾਪੀ ਹੈ। ਬਿਲਕੁਲ ਬਿਲਕੁਲ ਸੇਮ ਜੀ, 200 ਘੱਟ ਤੋਂ ਘੱਟ ਅਗਰ ਲਗਵਾਉਣ ਜਾਓ ਮਾਰਕੀਟ 'ਚ 1.5-2 ਲੱਖ ਰੁਪਏ ਦੀ ਲੋਡਿੰਗ ਹੈ। ਸਫਾਈ ਵੇਖੋ ਬਹੁਤ ਸੰਭਾਲੀ ਹੋਈ ਗੱਡੀ ਹੈ ਓਨਰ ਨੇ, ਅਤੇ ਇਹ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ ਜੀ 24.5 ਲੱਖ ਦੀ। 2017 ਮਾਡਲ 22 ਇੰਚੀ ਅਲੋਏ ਲੱਗੇ। ਹਾਂਜੀ ਇਹ 4x2 ਆ ਵੀਰ ਜੀ। ਬਹੁਤ ਵਧੀਆ ਜੀ, ਆਟੋਮੈਟਿਕ ਫਸਟ ਓਨਰ ਕਾਰ। ਬਹੁਤ ਵਧੀਆ ਸਰ, ਬਹੁਤ ਵਧੀਆ। ਜਿਹਨਾਂ ਵੀਰਾਂ ਦਾ ਘੱਟ ਬਜਟ ਹੈ ਉਹ ਇਸ ਕਾਰ ਲਈ ਆ ਸਕਦੇ ਹੈ। ਠੀਕ ਹੈ, ਅੱਗੇ ਚੱਲਦੇ ਹਾਂ। ਮਹਿੰਦਰਾ ਸਕੋਰਪੀਓ ਐਨ, ਇਹ ਸਰ ਸਕੋਰਪੀਓ ਐਨ Z2 ਮਾਡਲ ਹੈ ਜੀ। Z2 ਮਾਡਲ ਸਕੋਰਪੀਓ ਐਨ 'ਚ। ਹਾਂਜੀ ਇਹਨੂੰ ਅਲੋਏ ਵੀਲਸ ਪਲੱਸ ਲੱਗੇ ਆ ਜੀ, 18 ਇੰਚੀ ਰੂਫ ਰੇਲ ਲੱਗੀ ਆ, ਫੁੱਟ ਰੈਸਟ ਲੱਗਣਾ ਇਹਨੂੰ, ਸਕਰੀਨ ਲੱਗੀ ਹੈ ਜੀ, ਬੈਕ ਕੈਮਰਾ ਲੱਗਣਾ ਹੈ, 70 ਮੈਟ ਦੇਵਾਂਗੇ ਜੀ। ਓਕੇ, 2024 ਮਾਡਲ 0 ਮੀਟਰ ਗੱਡੀ ਹੈ। ਠੀਕ ਹੈ ਜੀ, ਇਹ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ 17.5 ਲੱਖ ਦੀ। 17.5 ਲੱਖ ਰੁਪਏ? ਹਾਂਜੀ, ਮਤਲਬ ਜਿਹਨਾਂ ਸਾਡੇ ਵੀਰਾਂ ਨੂੰ ਸ਼ੋਰੂਮ ਤੋਂ Z2 ਦੀ ਡਿਲੀਵਰੀ ਨਹੀਂ ਹੋ ਰਹੀ ਹੈ ਉਹ ਜਲੰਧਰ ਕਾਰਸ 'ਤੇ ਆ ਕੇ ਡਿਲੀਵਰੀ ਲੈ ਸਕਦੇ ਆ। ਸਰ ਡਿਲੀਵਰੀ ਦੇਵਾਂਗੇ, ਨਾਲ ਆਪਾਂ ਅਸੈਸਰੀ ਦੇਵਾਂਗੇ, ਅਲੋਏ ਵੀਲਸ ਕੰਪਨੀ ਵਾਲੇ ਨੇ ਕਿਸੇ ਨੇ ਨਹੀਂ ਦੇਣੇ, ਆਪਾਂ ਤੁਹਾਨੂੰ 18 ਇੰਚੀ ਦੇ ਅਲੋਏ ਅਤੇ 18 ਇੰਚੀ ਦੇ ਟਾਇਰ ਦੇਵਾਂਗੇ, ਬਿਲਕੁਲ ਬ੍ਰੈਂਡ ਨਿਊ। ਦੇਖੋ ਦੋਸਤੋ ਟਾਇਰ ਦੀ ਕੰਡੀਸ਼ਨ ਵੀ ਦੇਖ ਲਓ, ਬਹੁਤ ਸੋਹਣੀ ਕਾਰ, ਵੈਲ ਮੇਨਟੇਨ, ਬਲੈਕ ਕਲਰ ਹੈ, ਓਰੀਜਨਲ ਅਲੋਏ ਵੀਲ ਹੈ ਜੀ। ਅਤੇ ਭਾਅ ਜੀ ਇਸ ਵਾਲੀ ਕਾਰ 'ਤੇ ਜਿਹੜਾ 24 ਮਾਡਲ ਹੈ ਇਸ 'ਤੇ ਫਾਈਨੈਂਸ ਕਿੰਨੇ ਪਰਸੈਂਟ ਹੋ ਜਾਏਗਾ? ਫਾਈਨੈਂਸ ਸਰ ਇਹ ਆਪਾਂ ਸਿਬਲ ਸਕੋਰ ਚੈੱਕ ਕਰਕੇ, ਵੈਸੇ ਤਾਂ ਆਪਾਂ 80-90% ਕਰਾ ਦੀਦਾ, ਕਰਵਾ ਦੀਦਾ, ਬਾਕੀ ਆਪਾਂ ਸਿਬਲ ਚੈੱਕ ਕਰਕੇ ਆਪਣੇ ਵੀਰਾਂ ਦਾ ਜੋ ਹੋ ਸਕਦਾ ਆਪਾਂ ਕਰਵਾਵਾਂਗੇ ਜੀ। ਬਿਲਕੁਲ ਦੋਸਤੋ, ਤੁਸੀਂ ਭਾਈ ਨੂੰ ਕਾਲ ਕਰ ਸਕਦੇ ਹੋ, ਨੰਬਰ ਥੱਲੇ ਵੀਡੀਓ 'ਚ ਚੱਲ ਰਿਹਾ ਭਾਈ ਦਾ, ਅਤੇ ਜਿੱਦਾਂ ਰੋਹਿਤ ਭਾਈ ਨੇ ਦੱਸਿਆ ਸੀ ਆਧਾਰ ਕਾਰਡ, ਪੈਨ ਕਾਰਡ ਲੈ ਆਓ, 15-20 ਮਿੰਟ 'ਚ ਰਿਪੋਰਟ ਚੈੱਕ ਕਰਕੇ ਉਹ ਆਪਣੇ ਬੈਂਕਿੰਗ ਤੋਂ ਉਸਨੂੰ ਫਾਈਨੈਂਸ ਕਰਾ ਦੇਣਗੇ। ਵਨ ਡੇ ਡਿਲੀਵਰੀ ਹੈ ਜੀ, ਵਨ ਡੇ ਤੁਹਾਨੂੰ ਡਿਲੀਵਰੀ ਮਿਲ ਜਾਏਗੀ। ਸਾਡੇ ਵੀਰਾਂ ਲਈ ਫੇਰ ਟੋਇਟਾ ਫੋਰਚੂਨਰ, 3-3 ਫੋਰਚੂਨਰ ਇੱਥੇ ਅਵੇਲੇਬਲ ਹੈ। 2017 ਮਾਡਲ ਫਸਟ ਓਨਰ ਆਟੋਮੈਟਿਕ 4x4 ਗੱਡੀ ਹੈ ਜੀ। ਇਹ 4x4 ਆਟੋਮੈਟਿਕ ਹੈ? ਹਾਂਜੀ। ਤੇ ਕਿੰਨੇ ਕਿਲੋਮੀਟਰ ਚੱਲੀ ਹੈ ਭਾਜੀ ਗੱਡੀ ਹੈ? ਇਹ ਸਰ 87,000 ਦੇ ਕਰੀਬ ਚੱਲੀ ਹੈ। 87,000 ਰੁਪਏ? ਹਾਂਜੀ, ਫਸਟ ਓਨਰ ਕਾਰ ਹੈ ਔਰ ਜਲੰਧਰ ਨੰਬਰ ਹੈ, ਸਭ ਤੋਂ ਬੈਸਟ ਗੱਲ ਇਹ ਹੈ। ਯੈਸ, ਫਸਟ ਓਨਰ ਕਾਰ ਹੈ। ਤੇ ਭਾਜੀ ਪ੍ਰਾਈਸ ਇਸ ਕਾਰ ਦਾ? ਇਹ ਸਰ ਆਪਾਂ ਆਪਣੇ ਵੀਰਾਂ ਨੂੰ ਦੇ ਦੇਣਗੇ 2.5-2.5 ਲੱਖ ਦੀ। 2.5-2.5 ਲੱਖ ਦੀ। ਦੋਸਤੋ ਹੁਣ ਇਹ ਵੀ ਦੱਸ ਦਿੰਦੇ, ਕਈ ਵਾਰ ਕੋਈ ਭਰਾ ਕਹੂਗਾ ਦੋਨੋਂ 17 ਮਾਡਲ ਕਾਰ ਹੈ, 4x2 ਔਰ 4x4 'ਚ ਪ੍ਰਾਈਸਿੰਗ ਦਾ ਜ਼ਰੂਰ ਡਿਫਰੈਂਸ ਆ ਜਾਂਦਾ ਹੈ, ਕਿਉਂਕਿ 4x2 ਮਾਰਕੀਟ 'ਚ ਅਵੇਲੇਬਲ ਹੈ, 4x4 ਕਾਰ ਘੱਟ ਮਿਲਦੀ ਹੈ, ਕਿਉਂਕਿ ਨਿਊ ਕਾਰ ਦੀ ਪ੍ਰਾਈਸਿੰਗ 'ਚ ਵੀ ਕਾਫੀ ਡਿਫਰੈਂਸ ਹੈਗਾ। ਅੱਗੇ ਚੱਲਦੇ ਹਾਂ, MG ਹੈਕਟਰ ਆ ਜਾਂਦੀ ਹੈ ਭਾਈ, ਦੱਸੋ ਜੀ ਹੈਕਟਰ ਬਾਰੇ। ਇਹ ਸਰ MG ਹੈਕਟਰ ਹੈ ਜੀ, 2021 ਮਾਡਲ ਡੀਜ਼ਲ ਦੇ ਵਿੱਚ, ਸੈਕਿੰਡ ਓਨਰ ਕਾਰ ਹੈ ਜੀ। ਸੈਕਿੰਡ ਓਨਰ ਕਾਰ? ਹਾਂਜੀ, ਮੈਨੂਅਲ। ਓਕੇ, ਇਹ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ 14 ਲੱਖ ਰੁਪਏ ਦੀ। ਸਰ ਤੁਹਾਡੇ ਵਾਸਤੇ ਹੁਣ ਲੈ ਕੇ ਆਏ ਹਾਂ 18, ਬਿਲਕੁਲ ਮੋਡੀਫਾਈਡ ਰੂਬੀਕੋਨ ਦੀ ਗ੍ਰਿਲ ਵਗੈਰਾ, LED ਲਾਈਟਸ। ਭਾਅ ਜੀ 18 ਆਪਣੇ ਕੋਲ ਕਿੰਨੀਆਂ ਅਵੇਲੇਬਲ ਹੈ ਟੋਟਲ? ਆਪਣੇ ਕੋਲ ਇੱਕ ਤਾਂ ਤੁਹਾਨੂੰ ਮੈਂ ਆਪਣੇ ਵੀਰਾਂ ਨੂੰ ਬਾਹਰ ਦਿਖਾਈ ਆ, ਆਟੋਮੈਟਿਕ ਦੇ ਵਿੱਚ 2022 ਮਾਡਲ, ਇਹ ਆਪਣੇ ਕੋਲ ਹੈਗੀ ਹੈ ਜੀ 2023 ਮਾਡਲ ਮੈਨੂਅਲ ਦੇ ਵਿੱਚ। ਠੀਕ ਹੈ ਜੀ, ਇੱਕ 2022 ਗ੍ਰੇ ਕਲਰ ਦੇ ਵਿੱਚ ਆਪਣੇ ਕੋਲ ਹੈਗੀ ਹੈ ਜੀ, ਫੁੱਲ ਅਸੈਸਰੀ ਲੱਗੀ ਕਰੋਮ ਦੀ, ਫੁੱਲ 2022 ਮਾਡਲ ਡੀਜ਼ਲ ਮੈਨੂਅਲ ਦੇ ਵਿੱਚ। 2022 ਡੀਜ਼ਲ ਮੈਨੂਅਲ ਦੇ ਵਿੱਚ ਇਹ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ ਜੀ 15 ਲੱਖ ਰੁਪਏ ਦੀ। 15 ਲੱਖ ਰੁਪਏ ਦੀ ਕਾਰ ਮਿਲ ਜਾਏਗੀ, ਵਧੀਆ ਇਹਨੂੰ ਟਾਇਰ ਪਏ ਹੈ, ਕਰੋਮ ਅਸੈਸਰੀ ਲੱਗੀ ਹੈ ਜੀ, ਬਿਲਕੁਲ ਨਵੀਂ ਕਾਰ ਹੈ ਜੀ, ਚਲਾਵਾ ਬਹੁਤ ਬਿਲਕੁਲ ਨਵੇਂ ਵਰਗਾ ਜੀ। ਤੇ ਭਾਅ ਜੀ ਪ੍ਰਾਈਸ ਕੀ ਦੱਸਿਆ ਰਾ? ਇਹ ਆਪਾਂ ਆਪਣੇ ਵੀਰਾਂ ਨੂੰ 15 ਲੱਖ ਦੀ ਦੇ ਦਾਂਗੇ ਜੀ। 15 ਲੱਖ ਰੁਪਏ ਦੀ ਕਾਰ ਹੈ, ਮਿਲ ਜਾਏਗੀ, ਬਹੁਤ ਵਧੀਆ ਜੀ। ਤਾਂ ਹੁਣ ਦੋਸਤੋ ਤੁਹਾਨੂੰ ਦਿਖਾਉਂਦੇ ਹਾਂ ਬਲੈਕ ਔਰ ਵਾਈਟ ਕਲਰ ਦੀ 18, ਜੋ ਕਿ ਜਲੰਧਰ 'ਚ ਬਹੁਤ ਟ੍ਰੈਂਡਿੰਗ ਹੈ। ਦੱਸੋ ਭਾਅ ਜੀ ਨਾ ਕਾਰ? ਪੰਜਾਬ ਨੰਬਰ ਹੈ ਜੀ। ਠੀਕ ਹੈ ਜੀ, ਇਹ 2023 ਮਾਡਲ 4x4 ਵਿਦ ਅਸੈਸਰੀ ਲੱਗੀ, ਇਹਨੂੰ ਘੱਟ ਤੋਂ ਘੱਟ 20 ਲੱਖ ਰੁਪਏ ਦੀ ਅਸੈਸਰੀ ਲੱਗੀ ਹੈ ਜੀ, ਰੂਬੀਕੋਨ ਦੀ ਗ੍ਰਿਲ, LED ਲਾਈਟਸ,
ਪ੍ਰੋਜੈਕਟਰ ਲੱਗੇ ਆ ਜੀ 4x4, ਅੰਦਰ ਵੈਂਟ ਲਾਈਟ ਵਾਲੇ ਵੈਂਟ ਹੈ, ਜੋ ਵੈਂਟ ਦੇ ਵਿੱਚ ਐਕਸੈਸਰੀਆਂ ਚੱਲਦੀਆਂ ਪਈਆਂ ਨਾ ਨਵੀਆਂ, ਸਭ ਇਹਨੂੰ ਲੱਗੀਆਂ ਹੋਈਆਂ ਜੀ, ਸਭ ਲੱਗੀਆਂ ਹੋਈਆਂ। ਹਾਂਜੀ ਤੇ ਭਾਅ ਜੀ ਪ੍ਰਾਈਸ ਕੀ ਰਹਿਣ ਵਾਲਾ ਕਾਰ ਦਾ? ਇਹ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ ਜੀ 16 ਲੱਖ ਰੁਪਏ ਦੀ। 16 ਲੱਖ ਰੁਪਏ ਦੀ? ਹਾਂਜੀ। ਬਹੁਤ ਵਧੀਆ ਜੀ। ਨੈਕਸਟ ਥਾਰ ਵਾਈਟ ਕਲਰ 'ਚ? ਇਹ ਤਾਂ ਬਹੁਤ ਵਧੀਆ ਗੱਡੀ ਹੈ ਜੀ, ਇੱਥੇ ਘੱਟ ਤੋਂ ਘੱਟ ਵੀ 2 ਲੱਖ ਰੁਪਏ ਦੀ ਅਸੈਸਰੀ ਲੱਗੀ ਹੋਈ ਹੈ। ਵਾਈਟ ਕਲਰ ਦੇਖੋ ਕਿੰਨੀ ਬ੍ਰੈਂਡ ਨਿਊ ਗੱਡੀ ਹੈ, ਐਂਡ ਬਹੁਤ ਵਧੀਆ ਵਾਈਟ ਕਲਰ ਦੇ ਵਿੱਚ ਅਲੋਏ ਵੀਲਸ ਕਿੰਨੇ ਜਚਦੇ, ਫਿਊਲ ਦੇ ਓਰੀਜਨਲ ਅਲੋਏ ਵੀਲਸ ਹੈ ਜੀ, ਆਹ ਤੁਸੀਂ ਦੇਖ ਸਕਦੇ ਹੋ। ਭਾਅ ਜੀ ਕਿੰਨੇ ਇੰਚੀ ਅਲੋਏ ਵੀਲਸ ਹੈ? ਇਹ 20 ਇੰਚੀ ਹੈ ਜੀ। 20 ਇੰਚੀ ਅਲੋਇਜ਼ ਹੈ, ਕਾਫੀ ਅੱਛੀ ਕੰਡੀਸ਼ਨ ਕਾਰ ਹੈ। ਰੂਬੀਕੋਨ ਦੀ ਗ੍ਰਿਲ ਹੈ, ਇਸ ਨੂੰ ਵੀ ਪ੍ਰੋਜੈਕਟਰ ਲੈਂਪਸ ਲੱਗੇ ਹੋਏ ਹੈ, ਬੰਪਰ ਵੀ ਕਾਰ ਦਾ ਜੂਸਰ ਹੈ। ਹਾਂਜੀ ਤੇ ਭਾਅ ਜੀ ਇਸ ਕਾਰ ਦਾ ਕੀ ਡਿਟੇਲ ਰਹਿਣ ਵਾਲੀ ਹੈ? ਇਹ ਸਰ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ ਜੀ 17.5 ਦੀ। 17.5 ਦੀ? ਔਰ ਕਿੰਨੇ ਕਿਲੋਮੀਟਰ ਡਰਿਵਨ ਕਾਰ ਹੈ? 14,000 ਕਿਲੋਮੀਟਰ। 14,000 ਚੱਲੀ ਹੈ, ਬਹੁਤ ਵਧੀਆ ਭਾਅ ਜੀ। ਇੱਕ ਹੋਰ ਗੱਡੀ ਜੋ ਕਿ ਹੈ ਮਹਿੰਦਰਾ ਥਾਰ, ਇਹ ਸਰ ਬਿਲਕੁਲ ਬ੍ਰੈਂਡ ਨਿਊ ਹੈ ਜੀ, 4x2, 2024 ਮਾਡਲ, ਇਹ 0 ਮੀਟਰ ਰਨਿੰਗ ਹੈ ਜੀ। 0 ਮੀਟਰ ਰਨਿੰਗ? ਹਾਂ ਜੀ। ਆਹ ਦੇਖੋ ਜੀ ਕੰਪਨੀ ਦਾ ਸਟਿੱਕਰ ਲੱਗਾ, 21/3/2024 ਦੀ ਨਿਕਲੀ ਹੋਈ ਹੈ। ਉਹ ਦੇਖੋ ਦੋਸਤੋ, ਤੁਹਾਨੂੰ ਦਿਖ ਨਹੀਂ ਰਿਹਾ ਹੋਣਾ, ਆਹ ਦੇਖੋ ਮਾਰਚ ਮਹੀਨੇ ਦੀ ਕਾਰ ਹੈ, ਲਾਸਟ ਮੰਥ ਦੀ ਕਾਰ ਹੈ, ਅਨਰਜਿਸਟਰਡ ਕਾਰ ਹੈ, 0 ਮੀਟਰ ਹੈ ਜੀ, ਬਿਲਕੁਲ ਬ੍ਰੈਂਡ ਨਿਊ ਗੱਡੀ। ਇਹ ਆਪਾਂ ਆਪਣੇ ਵੀਰਾਂ ਨੂੰ ਦੇ ਦਾਂਗੇ ਜੀ 15 ਲੱਖ ਰੁਪਏ ਦੀ। 15 ਲੱਖ ਦੀ? ਭਾਅ ਜੀ ਫਸਟ ਓਨਰ ਦੇ 4x2? ਹਾਂਜੀ। ਬਹੁਤ ਵਧੀਆ ਜੀ। ਅੱਗੇ ਇਹ ਫਸਟ ਓਨਰ ਸਰ ਇਦਾਂ ਨਾ ਬੁਕਿੰਗ ਹੋਈ ਹੁੰਦੀ ਹੈ। ਓਕੇ। ਅੱਗੇ ਹੁਣ ਜਿਹੜੇ ਵੀਰ ਆਣਗੇ ਉਹ ਸੈਕਿੰਡ ਓਨਰ ਬਣਨਗੇ, ਪਰ ਗੱਡੀ ਬਿਲਕੁਲ ਬ੍ਰੈਂਡ ਨਿਊ, ਸ਼ੋਰੂਮ ਤੋਂ ਸਿੱਧੀ ਸਾਡੇ ਸ਼ੋਰੂਮ 'ਚ ਆਈ ਹੈ ਗੱਡੀ, ਬਿਲਕੁਲ ਬ੍ਰੈਂਡ ਨਿਊ। ਹਾਂਜੀ। ਅਗਰ ਕਿਸੇ ਨੇ ਬ੍ਰੈਂਡ ਨਿਊ ਥਾਰ ਲੈਣੀ ਹੋਵੇ, ਹਾਂਜੀ ਸ਼ੋਰੂਮ ਤੋਂ ਤੁਸੀਂ ਦਵਾ ਦੋਗੇ ਕਾਰ? 4x2 ਆਪਾਂ 1 ਡੇ ਡਿਲੀਵਰੀ ਦੇ ਦਾਂਗੇ ਜੀ 16 ਲੱਖ ਰੁਪਏ ਦੀ। ਤਾਂ ਦੋਸਤੋ ਭਾਈ ਨੇ ਤੁਹਾਨੂੰ ਸਾਰੀ ਗੱਡੀਆਂ ਦਾ ਸਟਾਕ ਦਿਖਾਤਾ ਹੈ, ਬਹੁਤ ਸਾਰੇ ਆਪਸ਼ਨ ਇੱਥੇ ਅਵੇਲੇਬਲ ਹੈ, ਥਾਰ ਹੈ, ਫੋਰਚੂਨਰ ਹੈ, ਸੈਲਟੋਸ ਹੈ, ਮਹਿੰਦਰਾ ਸਕੋਰਪੀਓ ਹੈ। ਤਾਂ ਇਸੇ ਦੇ ਨਾਲ ਸਾਡੀ ਇਸ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅੱਛੀ ਅੱਛੀ ਗੱਡੀਆਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਅੱਜ ਦਾ ਵਲੌਗ ਕਰਦੇ ਹਾਂ ਆਪਾਂ ਇੱਥੇ, ਐਂਡ ਬਹੁਤ ਜਲਦ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ।